ड्यूटी के दौरान करंट लगने के कारण जख्मी होए CCHB कर्मचारियों के इलाज के लिए यूनियन के वलों एक्सीएन दफ्तर अगे धरना इंसाफ ना मिलने से यूनियन के वलों तिखे संघर्ष की की गई चेतावनी। ਇਹਦਾ ਸਰ ਕਾਰਨ ਬਹੁਤ ਵੱਡਾ ਕਾਰਨ ਹੈ ਸਾਡੇ ਸਾਥੀ CHB ਕਾਮੇ ਬਲਵਿੰਦਰ ਸਿੰਘ ਨੂੰ ਪਿਓਰੀ ਹਾਸਾਗ੍ਰਸ ਹੋਇਆ ਜੀ 11000 ਵੋਲਟੇਜ ਦਾ ਕਰੰਟ ਲੱਗਿਆ ਤੇ ਜੋ ਕਿ ਬਠਿੰਡਾ ਐਡਮਿਟ ਨੇ ਗੁਰੂ ਰਾਮਦਾਸ ਜੀ ਹਸਪੀਟਲ 'ਚ ਅਤੇ ਕੰਡੀਸ਼ਨ ਉਹਨਾਂ ਦੀ ਹੈਂਡ ਦੀ ਬਹੁਤ ਜ਼ਿਆਦਾ ਕੰਡੀਸ਼ਨ ਆ ਜਿਹੜੀ ਬਸ ਡਾਕਟਰ ਸਾਹਿਬ ਦੇ ਵੱਸੋਂ ਬਾਹਰ ਹੀ ਆ ਹਜੇ ਤੱਕ ਕੁਛ ਮਤਲਬ ਜਿਹਨਾਂ ਦੇ ਖੂਨ ਚੱਲਿਆ ਸਰਕਲ ਬਲੱਡ ਦਾ ਸਰਕਲ ਚੱਲਿਆ ਕਈਆਂ 'ਚ ਨਹੀਂ ਚੱਲਿਆ ਡਾਕਟਰ ਸਾਹਿਬ ਸਾਨੂੰ ਪ੍ਰੋਪਰ ਤਰੀਕੇ ਨਾਲ ਵਿਸ਼ਵਾਸ ਵੀ ਨਹੀਂ ਦੁਆਰੇ ਵੀ ਹੱਥ ਉਹਨਾਂ ਦਾ ਕੰਮ ਕਰਨ ਲੱਗੂਗਾ ਜਾਂ ਨਹੀਂ ਡਾਕਟਰ ਸਾਹਿਬ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਉਹਨਾਂ ਦੇ ਹੱਥ ਦੇ ਕੁਝ ਪਾਰਟ ਬਾਹਰ ਕੱਢਣੇ ਪੈਣਗੇ ਅਤੇ ਉਸੇ ਲਈ ਅੱਜ ਸਾਡਾ ਰੋਸ ਪ੍ਰਦਰਸ਼ਨ ਇੱਥੇ ਹੋ ਰਿਹਾ ਵੀ ਨਾ ਤਾਂ ਕੋਈ ਸਾਡਾ ਮੈਨੇਜਮੈਂਟ ਸਾਥ ਦੇ ਰਹੀ ਹੈ ਨਾ ਸਾਡੀ ਜੋ ਕਿ ਟੈਲੀ ਪਰਫੋਰਮੈਂਸ ਕੰਪਨੀ ਹੈ ਉਹਦੇ ਵੱਲੋਂ ਸਾਡੀ ਕੋਈ ਮਦਦ ਕੀਤੀ ਜਾ ਰਹੀ ਹੈ ਉਸੇ ਕਰਕੇ ਅੱਜ ਅਸੀਂ ਐਕਸ਼ਨ ਦਫ਼ਤਰ ਧਰਨਾ ਲਾਇਆ ਵੀ ਨਾ ਸਾਡੀ ਮੈਨੇਜਮੈਂਟ ਵੱਧ ਤੋਂ ਵੱਧ ਮਦਦ ਕਰੇ ਜਿੰਨਾ ਸਾਡਾ ਕੋਈ ਇੰਸ਼ੋਰੈਂਸ ਬੀਮਾ ਜੋ ਵੀ ਹੋਏ ਹੋਏ ਆ ਸਾਡੇ ਕੰਪਨੀ ਤੋਂ ਉਹਦਾ ਕਲੇਮ ਦਵਾਵੇ ਅਤੇ ਸਾਡੇ ਜਿਹੜਾ ਪਲਵਿੰਦਰ ਸਿੰਘ ਸਾਥੀ ਦਾ ਚੰਗੇ ਹੋਸਪਿਟਲ 'ਚ ਵਧੀਆ ਇਲਾਜ ਹੋ ਸਕੇ ਅਤੇ ਉਹਨਾਂ ਦਾ ਕੋਈ ਹੱਥ ਪੈਰ ਜਾਂ ਉਂਗਲਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਅਤੇ ਚੰਗਾ ਇਲਾਜ ਕਰਾਇਆ ਜਾ ਸਕੇ ਇਹ ਕਾਰਨ ਹੈ ਕਿ ਅੱਜ ਸਾਨੂੰ ਐਕਸ਼ਨ ਦਫ਼ਤਰ ਧਰਨਾ ਲਾਉਣਾ ਪਿਆ ਪਹਿਲਾਂ ਇਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਕਿਸੇ ਵੀ ਗੱਲ ਦੀ ਅਤੇ ਅੱਜ ਤਾਂ ਹੀ ਸਰਕਲ ਕਮੇਟੀ ਦਾ ਫੈਸਲਾ ਸੀਗਾ ਸਰਕਲ ਅੱਜ ਇੱਥੇ ਪਹੁੰਚਿਆ ਹੈ ਅੱਜ ਦਾ ਜਿਹੜਾ ਧਰਨੇ ਦਾ ਪ੍ਰੋਗਰਾਮ ਵਿਚਾਰ ਕੇ ਵਿੱਢਿਆ ਗਿਆ ਜੀ। ਦੇਖੋ ਜੀ ਜੋ ਸਾਥੀ ਪਲਵਿੰਦਰ ਸਿੰਘ ਗਿੱਦੜਵਾ ਡਿਵੀਜ਼ਨ ਵਿੱਚ ਇੱਕ CHP ਤੌਰ 'ਤੇ ਬਿਜਲੀ ਦਾ ਕੰਮ ਕਰਦਾ ਸੀ ਪਿਛਲੇ 4 ਦਿਨ ਪਹਿਲਾਂ ਉਹਦੇ ਨਾਲ ਹਾਦਸਾ ਹੋਇਆ ਕਰੰਟ ਲੱਗਿਆ ਉਹਦੇ ਹੱਥ 'ਚ ਕਾਫੀ ਜ਼ਿਆਦਾ ਕਰੰਟ ਲੱਗਿਆ ਸਾਥੀ ਕਾਫੀ ਸੀਰੀਅਸ ਕੰਡੀਸ਼ਨ ਵਿੱਚ ਹੈ ਜੀ 4 ਹੋਸਪਿਟਲਾਂ ਨੇ ਤਾਂ ਜਵਾਬ ਹੀ ਦਿੱਤਾ ਵੀ ਸਾਥੀ ਦਾ ਹੱਥ ਵੱਢਣਾ ਪੈਣਾ ਹਰ ਕੇ ਗਿੱਦੜਵਾ ਆਪਣੇ ਬਠਿੰਡਾ ਦੇ ਹੋਸਪਿਟਲ 'ਚ ਪ੍ਰਾਈਵੇਟ ਹੋਸਪਿਟਲ ਉੱਥੇ ਦਾਖਲ ਕਰਾਇਆ ਗਿਆ ਜਿੱਥੇ ਡਾਕਟਰ ਨੇ ਕਿਹਾ ਵੀ ਹੱਥ ਬਚਣ ਦੇ ਕੋਈ ਚਾਂਸ ਹੈਗੇ ਆ ਉੱਥੇ ਐਡਮਿਟ ਕੀਤਾ ਹੋਇਆ ਪਰ ਸਾਡੇ ਜੋ ਠੇਕੇਦਾਰ ਹੈਗਾ ਇਸ ਕੰਪਨੀ ਹੈਗੀ ਆ ਉਹਨਾਂ ਨੇ ਹਜੇ ਤੱਕ ਸਾਥੀ ਸੁਧ ਨਹੀਂ ਲਈ ਨਾ ਉਹਦੇ ਕੋਈ ਮੁਆਵਜ਼ੇ ਦਾ ਨਾ ਉਹਦੇ ਇਲਾਜ ਦਾ ਕੋਈ ਪ੍ਰਬੰਧ ਕੀਤਾ ਗਿਆ ਅਤੇ ਨਾ ਹੀ ਇੱਥੇ ਪਾਵਰ ਕੌਂਸਲ ਮੈਨੇਜਮੈਂਟ ਨੇ SDO ਐਕਸ਼ਨ ਨੇ ਉਹਨਾਂ ਨੇ ਉਹਦੀ ਗੱਲ ਦੀ ਕੋਈ ਸੁਧ ਲਈ ਅੱਜ ਅਸੀਂ ਹਾਰ ਕੇ 4-5 ਦਿਨਾਂ ਬਾਅਦ ਇਸ ਇੱਥੇ ਧਰਨਾ ਲਾਉਣ 'ਚ ਮਜਬੂਰ ਹੋਏ ਹੈਗੇ ਹਾਂ ਵੀ ਕੰਪਨੀ ਅਤੇ ਮੈਨੇਜਮੈਂਟ ਉਹਦੀ ਸੁਧ ਲਵੇ ਉਹਦੇ ਇਲਾਜ ਦਾ ਪ੍ਰਬੰਧ ਕਰੇ ਜੀ ਗੱਲ ਕਰੀਏ ਤਾਂ ਫਿਲਹਾਲ ਇਲਾਜ ਕੌਣ ਕਰਵਾ ਰਿਹਾ ਇਹ ਇਲਾਜ ਤਾਂ ਦੇਖੋ ਸਾਡੇ ਸਾਥੀ ਹੈਗੇ ਆ ਜਾਂ ਦਫ਼ਤਰੀ ਕੋਈ ਸਟਾਫ ਉਹ ਮਿਲ ਕੇ ਅਸੀਂ ਰਲ ਮਿਲ ਕੇ ਪੈਸਾ ਲਾ ਰਹੇ ਹਾਂ ਕਿਉਂਕਿ ਸਾਥੀ ਕਾਫੀ ਗਰੀਬ ਪਰਿਵਾਰ ਤੋਂ ਹੈਗਾ ਅਸੀਂ ਵੀ ਜੋ ਠੇਕੇਦਾਰ ਸਿਸਟਮ 'ਤੇ ਕੰਮ ਕਰਦੇ ਹਾਂ ਦਸ ਹਜ਼ਾਰ ਦੀ ਸੈਲਰੀ 'ਤੇ ਕੰਮ ਕਰਦੇ ਹਾਂ ਵੀ ਅੱਜ ਸਾਥੀ ਦੇ 3-4 ਲੱਖ ਰੁਪਏ ਦਾ ਉੱਪਰ ਦਾ ਖਰਚਾ ਲੱਗੂਗਾ ਕਿਉਂਕਿ ਸਾਥੀ ਦਾ ਹਜੇ ਵੀ ਬਾਜੂ ਕੱਟਣ ਦਾ ਡਰ ਬਣਿਆ ਹੋਇਆ ਸਾਡੀ ਇਹੀ ਮੰਗ ਹੈਗੀ ਆ ਕਿ ਜੋ ਕੰਪਨੀ ਹੈਗੀ ਆ ਉਹ ਸਾਥੀ ਦਾ ਸਾਰਾ ਇਲਾਜ ਦਾ ਖਰਚਾ ਚੱਕੇ ਜੇਕਰ ਮੈਨੇਜਮੈਂਟ ਔਰ ਜਿਹੜੀ ਤੁਹਾਡਾ ਠੇਕੇਦਾਰ ਹੈਗਾ ਜੇ ਨਹੀਂ ਕੋਈ ਗੱਲਬਾਤ ਕਰਦੇ ਤਾਂ ਅਗਲਾ ਸਟੈਪ ਤੁਹਾਡਾ ਕੀ ਹੋਏਗਾ ਦੇਖੋ ਜੀ ਅਸੀਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ ਅੱਜ ਇੱਥੇ ਵੀ ਅਸੀਂ ਗਿੱਦੜਵਾ ਆਪਣੇ ਐਕਸ਼ਨ ਸਾਹਿਬ ਨੂੰ ਇੱਥੇ ਘੇਰਿਆ ਹੋਇਆ ਅਤੇ ਮੁਕਤਸਰ AC ਸਾਹਿਬ ਉੱਥੇ ਵੀ ਅਸੀਂ ਘੇਰਿਆ ਸਾਡੇ ਸਾਥੀ ਉੱਥੇ ਵੀ ਹੈ ਉੱਥੇ ਘੇਰਿਆ ਹੋਇਆ ਸਾਡੇ ਜੇਕਰ ਮੰਗਾਂ ਦਾ ਹੱਲ ਨਹੀਂ ਹੋਇਆ ਤਾਂ ਅਸੀਂ ਇਹ ਸੰਘਰਸ਼ ਨੂੰ ਇਸ ਤੋਂ ਵੀ ਅੱਗੇ ਲੈ ਕੇ ਜਾਵਾਂਗੇ ਪਰਿਵਾਰ ਅਤੇ ਬੱਚੇ ਸਮੇਤ ਅਸੀਂ ਇਸੇ ਤਰ੍ਹਾਂ ਕੰਮ ਜਾਮ ਰੱਖਾਂਗੇ ਅਤੇ ਧਰਨਾ ਇਸ ਤਰ੍ਹਾਂ ਲਗਾਤਾਰ ਚੱਲਦਾ ਰਹੂਗਾ ਸਾਡੀ ਹੜਤਾਲ ਜਾਰੀ ਹੈ ਸਾਡਾ 3 ਦਿਨ ਤੋਂ ਪੂਰੇ ਮੁਕਤਸਰ ਸਰਕਲ ਦਾ ਕੰਮ ਬੰਦ ਹੈ ਜੀ। ਹਾਂਜੀ ਇਹ ਬਲਵਿੰਦਰ ਨਾਂ ਦਾ ਮੁੰਡਾ CHP ਤੌਰ 'ਤੇ ਕੰਮ ਕਰਦਾ ਸੀ ਸਿਟੀ ਸਾਹਿਬ ਦੇ ਗਿੱਦੜਵਾ ਦੇ ਪਿਓਰੀ ਪਿੰਡ ਦੇ ਵਿੱਚ ਕੋਈ ਕੰਮ ਕਰ ਰਹੇ ਸੀ 30 ਤਰੀਕ ਨੂੰ 30 ਜਨਵਰੀ ਨੂੰ ਤੋਂ ਕੰਮ ਕਰਦੇ ਹੋਏ ਐਕਸੀਡੈਂਟ ਹੋ ਗਿਆ ਹੈ ਅਤੇ ਇਹਦੇ ਇਲਾਜ ਸੰਬੰਧੀ ਜਿਹੜੀ ਹੈਗੀ ਆ ਕੰਪਨੀ ਨਾਲ ਅਤੇ ਸਾਡੇ ਘਰੇ ਨਾਲ ਗੱਲ ਚੱਲ ਰਹੀ ਆ ਅਤੇ ਮੈਕਸੀਮਮ ਇਹਨਾਂ ਦਾ ਸਾਰਾ ਕੰਪਨਸੇਸ਼ਨ ਦਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਰ ਕੋਈ ਇਹਨਾਂ ਦੇ ਆਪਣਾ ਟਰਮ ਐਂਡ ਕੰਡੀਸ਼ਨ ਦੇ ਵਿੱਚ ਲਿਖਿਆ ਹੁੰਦਾ ਵੀ ਆਪਣੇ ਜਿਹੜੇ ਵੀ ਕੰਪਨੀ ਜੋ ਇਹਨਾਂ ਨੂੰ ਠੇਕੇ ਦੇ ਉੱਤੇ ਰੱਖਦੀ ਹੈਗੀ ਆ ਵੀ ਉਹ ਕੋਈ ਜੇਕਰ ਇਸ ਤਰ੍ਹਾਂ ਦਾ ਹਾਦਸਾ ਪੇਸ਼ ਆਉਂਦਾ ਤਾਂ ਉਹ ਕਰਾਉਣਗੇ ਇਹਨਾਂ ਦਾ ਇਲਾਜ ਵਗੈਰਾ? ਜਿਹੜੇ ਇਹ ਸਾਰੇ ਵਰਕਰ ਨੇ ESI ਨਾਲ ਇਹਨਾਂ ਦਾ ਟਾਈ ਅਪ ਹੁੰਦਾ ਹੈਗਾ ਅਤੇ ESI ਅਤੇ ਪੈਨਲ ਹਸਪਤਾਲ ਦੇ ਵਿੱਚ ਇਹਨਾਂ ਦਾ ਇਲਾਜ ਫ੍ਰੀ ਹੁੰਦਾ ਹੈ ਪਰ ਇਹ ਜਿਹੜੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਗਏ ਆ ਅਤੇ ਉਸੇ ਸੰਬੰਧ 'ਚ ਕੰਪਨੀ ਨਾਲ ਗੱਲ ਚੱਲ ਰਹੀ ਹੈ ਵੀ ਇਹਦਾ ਸਾਰਾ ਇਲਾਜ ਦਾ ਖਰਚਾ ਇਹਨਾਂ ਨੂੰ ਦਿੱਤਾ ਜਾਵੇ। ਸਰ ਜੇ ਕੰਪਨੀ ਮੰਨ ਲਓ ਨਹੀਂ ਆਪਣਾ ਦਿੰਦੀ ਇਹਨਾਂ ਨੂੰ ਕੋਈ ਕੰਪਨਸੇਸ਼ਨ ਵਗੈਰਾ ਜਾਂ ਕੋਈ ਇਹਨਾਂ ਦਾ ਇਲਾਜ ਨਹੀਂ ਕਰਵਾਉਂਦੀ ਤਾਂ ਕੀ ਉਹ ਵਿਭਾਗੀ ਐਕਸ਼ਨ ਲਓਗੇ? ਦੇਖਦੇ ਹਾਂ ਹਜੇ ਤਾਂ ਮਤਲਬ ਚੱਲ ਰਹੀ ਹੈ ਗੱਲ ਕੰਪਨੀ ਨਾਲ ਵੀ ਲਗਾਤਾਰ ਅਤੇ ਜਿਹੜੇ ਹੈਗੇ ਆ ਸਾਡੇ ਹਾਇਰ ਆਫਿਸਰ ਨਾਲ ਚੱਲ ਰਹੇ